सत श्री अकाल दोस्तों, मैं जगजीत नंगल ते तुसी देख रहे हो सिदक डेयरी फार्मिंग। अज जिहड़ी वीडियो बना रहे हैं पिंड रोड़ी कपूरा जैतो तहसील ते फरीदकोट जिले का पिंड है। जैतो तो श्री मुक्तसर साहब जिहड़ा रोड है दोस्तों, उस रोड के उत्ते रोड़ी कपूरा पिंड आउंदा है। इहदे नाल पिंड मत्ता भी एक पासे हैगा, दूजे पासे रामेआणा पिंड आ जांदा। ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ, ਬਾਈ ਵਪਾਰ ਦਾ ਕੰਮ ਕਰਦਾ ਹੈ। ਵੀਡੀਓ ਪਹਿਲਾਂ ਇਹਨਾਂ ਦੀਆਂ ਚੈਨਲ ਦੇ ਉੱਤੇ ਕਾਫੀ ਅਪਲੋਡ ਤੁਸੀਂ ਦੇਖੋਗੇ। ਮੀਡੀਅਮ ਰੇਂਜ ਦੇ ਪਸ਼ੂ ਇੱਥੇ ਵਿਕਰੀ ਵਾਲੇ ਹੁੰਦੇ ਆ। ਅੱਜ ਦੀ ਵੀਡੀਓ ਦੇ ਵਿੱਚ ਤੋਕੜ ਗੱਭਣ ਪਸ਼ੂ ਤੁਹਾਨੂੰ ਦਿਖਾਉਣੇ ਆ, ਜਿਹਦੇ 'ਚ ਜਰਸੀ ਕ੍ਰੋਸ ਜਰਸੀ ਦੋਸਤੋ ਬੈੜ ਤੋਕੜ ਗੱਭਣ ਹੈ, ਚੰਗੇ ਦੁੱਧ 'ਤੇ ਚੱਲਦੀ ਹੈ, ਨਾਲ ਬੱਚਾ ਸਾਹਮਣੇ ਤੁਸੀਂ ਦੇਖ ਸਕਦੇ ਹੋ। ਇਹ ਤੋਂ ਬਿਨਾਂ ਇਹ ਝੋਟੀ ਤੋਕੜ ਹੈ, ਨਾਲ ਇਹਦੇ ਬੱਚਾ ਜਿਹੜਾ ਉਹ ਕੱਟੀ ਹੈ, ਅਤੇ ਦੁੱਧ ਇਹਦੇ ਥੱਲੇ ਵੀ ਚੰਗਾ ਹੈ। ਇਸ ਟਾਈਮ ਰੇਟ ਵਾਜਬ ਜਿਹੇ ਹੋਣੇ ਆ। ਇਹ ਤੋਂ ਬਿਨਾਂ ਇੱਕ ਮੱਝ ਆ ਦੋਸਤੋ, ਹੈ ਤੋਕੜ ਗੱਭਣ, ਪਰ ਦੁੱਧ ਇਹਦੇ ਥੱਲੇ ਹੁਣ ਵੀ ਜੇ ਗੱਲ ਕਰੀਏ ਤਾਂ ਸੱਜਰਾਂ ਜਿੰਨਾ। ਸੋ ਇਹ ਨਗ ਦੋਸਤੋ ਤਿੰਨ ਤੁਹਾਨੂੰ ਦਿਖਾਊਂਗਾ, ਤੁਹਾਨੂੰ ਇਹਨਾਂ 'ਚੋਂ ਜਿਹੜਾ ਪਸ਼ੂ ਪਸੰਦ ਆਊ ਤਸੱਲੀ ਤੁਸੀਂ ਕਰਨੀ ਹੈ, ਆ ਕੇ ਦੇਖਣਾ, ਕਿਉਂਕਿ ਤੋਕੜ ਗੱਭਣ ਹੈ। ਬੇਨਤੀ ਹੈ ਵੀ ਚੈੱਕ ਪਾਸ ਵੀ ਇੱਥੋਂ ਹੀ ਕਰਾ ਲਿਓ ਜੇ, ਅਤੇ ਦੁੱਧ ਵੀ ਬੇਸ਼ੱਕ ਦੋ ਟਾਈਮ ਚੋ ਲਿਓ ਜਿੰਨਾ ਬਾਈ ਜੀ ਹੋਰੀ ਦੱਸਣਗੇ। ਤਸੱਲੀ ਕਰਨਾ ਤੁਹਾਡਾ ਹੱਕ ਹੈ। ਆਓ ਸ਼ੁਰੂਆਤ ਕਰੀਏ ਗਾਂ ਵਾਲੇ ਪਾਸੇ ਤੋਂ, ਉਦੋਂ ਬਾਅਦ 'ਚ ਲਾਸਟ 'ਚ ਤੁਹਾਨੂੰ ਤੋਕੜ ਗੱਭਣ ਮੱਝ ਦਿਖਾਉਣੇ ਆ। ਵੀਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਆਪਣਾ? ਅੰਮ੍ਰਿਤਪਾਲ ਸਿੰਘ। ਠੀਕ ਹੈ ਅੰਮ੍ਰਿਤਪਾਲ ਬਾਈ, ਆਈ ਜਾਂਦੇ ਆ ਰੂਟੀਨ 'ਚ ਪਸ਼ੂ? ਹਾਂਜੀ ਆਈ ਜਾਂਦੇ ਜੀ। ਅੱਜ ਜਿਹੜੀ ਆਪਾਂ ਗਾਂ ਦਿਖਾਉਣੀ ਆ ਬਾਈ, ਕਿੰਨਵਾਂ ਸੂਆ ਸੂਈ ਆ? ਇਹ ਪਹਿਲਾ ਸੂਆ ਸੂਈ ਆ, ਦੋ ਦੰਦ ਮੂੰਹ ਆ, 4 ਮਹੀਨੇ ਸੂਈ ਨੂੰ ਹੋ ਗਏ ਜੀ, 2.5 ਮਹੀਨੇ ਗੱਭਣ ਚੈੱਕ ਪਾਸ ਆ ਜੀ, ਤੇ 9 ਕਿਲੋ ਦੁੱਧ ਆ ਜੀ ਥੱਲੇ। 9 ਕਿਲੋ ਦੋਹਾਂ ਟਾਈਮਾਂ ਦਾ ਦੁੱਧ ਹੈਗਾ। ਸੀਲ ਠੰਡੀ ਬਹੁਤ ਆ ਜੀ। ਰੇਟ ਕੀ ਰੱਖਦੇ ਆ? ਰੇਟ ਇਹਦਾ 22,000 ਰੁਪਿਆ ਜੀ। 22,500? ਹਾਂਜੀ, ਖੁੱਲੀ ਬਾਈ। ਸੋ ਦੋਸਤੋ 22,500 ਰੁਪਿਆ ਇਹਦਾ ਰੇਟ ਆ, ਦੋ ਦੰਦ ਵੱਛੀ ਦੁੱਧ ਇਸ ਟਾਈਮ 9 ਕਿਲੋ ਦੋਹਾਂ ਟਾਈਮਾਂ ਦਾ ਦਿੰਦੀ ਹੈ, ਅਤੇ ਠੰਡੀ ਸੀਲ ਫੁੱਲ ਹੈ। ਬਹੁਤ ਰਹਿੰਦੇ ਬਾਈ ਦੰਦ ਬਾਅਦ 'ਚ ਬੰਨ ਕੇ ਦੇਖ ਲੈਣ। ਸੋ ਮੀਡੀਅਮ ਹਾਈਟ ਦੇ ਵਿੱਚ ਦੱਸੋ, ਇਹ ਉਮਰ ਵੀ ਇਹਦੀ ਛੋਟੀ ਹੈ, ਦੋਂਦੀ ਵੱਛੀ ਹੈ। ਹਵਾਨਾ ਅਗਲੇ ਪਾਸੇ ਨੂੰ ਥੋੜ੍ਹਾ ਵੱਧ ਦਿਖਾਉਂਦੀ ਹੈ, ਪਿਛਾਂ ਦੀ ਬਜਾਏ ਕੌਫੀ ਕਲਰ 'ਚ ਹੈ, ਕ੍ਰੋਸ ਬਰੀਡ ਇਹ ਗਾਂ ਦੱਸੋ। ਇਹਨੂੰ ਤੁਸੀਂ ਜਰਸੀ 'ਚ ਮੰਨ ਲਓ ਅਤੇ ਭਾਵੇਂ ਤੁਸੀਂ ਐੱਚ ਐੱਫ ਸਮਝ ਲਓ। ਜੇ ਪਹਿਲੇ ਨੰਬਰ 'ਤੇ ਤੋਕੜ ਗੱਭਣ, ਇਹਦੇ ਨਾਲ ਬੱਚਾ ਜਿਹੜਾ ਉਹ ਵੱਛਾ ਹੈ ਸਾਹਮਣੇ ਖੜ੍ਹਾ। ਠੰਡੀ ਸੀਲ ਦੱਸੋ, ਵੈਸੇ ਇਹ ਫੁੱਲ ਆ, ਤੁਸੀਂ ਦੇਖ ਸਕਦੇ ਹੋ ਉਵੇਂ ਹੀ ਵੀਰ ਬੈਠ ਗਿਆ, ਕੋਈ ਨਿਆਣਾ ਨਹੀਂ ਪਾਇਆ। ਠੀਕ ਹੈ ਬਾਈ, ਸੋ ਇਹ ਗਾਂ ਦੱਸੋ ਪਹਿਲੇ ਨੰਬਰ 'ਤੇ। ਇਦੋਂ ਅੱਗੇ ਇੱਕ ਝੋਟੀ ਵੀਰ ਕੋਲ ਹੋਰ ਹੈਗੀ ਜਿਹੜੀ ਤੋਕੜ ਹੈ, ਕਿੰਨਵਾਂ ਸੂਆ ਸੂਈ ਹੈ ਬਾਈ? ਪਹਿਲਾ ਸੂਆ ਸੂਈ ਹੈ ਜੀ, 5 ਮਹੀਨੇ ਸੂਈ ਹੈ, ਮਗਰ ਕੱਟੀ ਹੈ ਜੀ, 8 ਕਿਲੋ ਦੁੱਧ ਹੈ ਜੀ। 8 ਕਿਲੋ ਦੋਵਾਂ ਟਾਈਮ ਤੇ ਮਿਲਦੀ ਦੋਵਾਂ ਟਾਈਮ? ਠੀਕ ਹੈ, ਹਜੇ ਗੱਭਣ ਤਾਂ ਨਹੀਂ ਹੋਈ? ਨਹੀਂ, ਤਾਰਾਂ ਤਾਂ ਜੀ ਇਹਦੀ ਬਣ ਜੂਗੀ ਜੀ। ਰੇਟ ਕੀ ਰੱਖਿਆ ਇਹਦਾ? ਰੇਟ ਇਹਦਾ 58,000 ਰੁਪਇਆ ਜੀ, ਖੋਲੀ। ਸੋ ਦੋਸਤੋ 8 ਕਿਲੋ ਦੁੱਧ ਹੈਗਾ ਦੋਵਾਂ ਟਾਈਮਾਂ ਦਾ, ਕੱਟੀ ਤੇ ਮਿਲਦੀ ਹੈ ਤੇ ਕੱਟੀ ਇਹਦੇ ਨਾਲ ਆ। ਰੇਟ 58,000 ਹੈ। ਕੱਦ ਕਾਠ ਇਹਦਾ ਸੋਹਣਾ ਹੈ, ਸਿੰਗ ਬਿਲਕੁਲ ਕੁੰਡਾ ਛੋਟਾ ਸਿੰਗ ਹੈ, ਢਾਂਚਾ ਜਿਹੜਾ ਉਹ ਤੁਸੀਂ ਵੀਡੀਓ 'ਚ ਦੇਖ ਰਹੇ ਹੋ। ਹਵਾਨਾ ਸੋਹਣਾ ਦਿਖਾਉਂਦੀ ਹੈ ਦੋਸਤੋ, ਦੁੱਧ 8 ਕਿਲੋ ਦਿੰਦੀ ਹੈ, ਦੋਵੇਂ ਟਾਈਮ ਕੱਟੀ ਦੇ ਉੱਤੇ ਮਿਲਦੀ ਹੈ। ਤੋਕੜ ਮੱਝ ਹੈ, ਤੋਕੜ ਝੋਟੀ ਹੈ, ਚੰਗੇ ਢਾਂਚੇ ਦੀ ਹੈ, ਜਿਹਨੂੰ ਪਸੰਦ ਆਵੇ ਤਾਂ। 58,000 ਇਹਦਾ ਰੇਟ ਹੈ, ਇਹਦੇ ਨਾਲ ਬੱਚਾ ਜਿਹੜਾ ਉਹ ਕੱਟੀ ਹੈ। ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ। ਇਹ ਤੋਂ ਅੱਗੇ ਇੱਕ ਹੋਰ ਤੋਕੜ ਗੱਭਣ ਮੱਝ ਹੈ ਬਾਈ ਕੋਲ ਜਿਹੜੀ ਦਿੱਤੀ ਆ ਰਹੀ ਹੈ। ਸੋ ਦੋਸਤੋ ਝੋਟੀ ਨਾਲ ਕੱਟੀ ਇਹ ਹੈ ਜਿਹੜੀ ਤੁਸੀਂ ਪਹਿਲੇ ਨੰਬਰ 'ਤੇ ਦੇਖ ਰਹੇ ਹੋ, ਚੰਗੀ ਸੰਭੀ ਹੋਈ ਕੱਟੀ ਹੈ। ਇਹਦੇ ਨਾਲ ਦੂਜੀ ਮੱਝ ਦੇ ਨਾਲ ਬੱਚਾ ਜਿਹੜਾ ਉਹ ਮੇਲ ਕਾਫ ਹੈ। ਸੋ ਇਹਦੀ ਡਿਟੇਲ ਆਪਾਂ ਪੁੱਛ ਲੈਂਦੇ ਹਾਂ। ਅੰਮ੍ਰਿਤ ਬਾਈ, ਜਿਹੜੀ ਇਹ ਤੋਕੜ ਗੱਭਣ ਮੱਝ ਹੈ, ਕਿੰਨਵਾਂ ਸੂਆ ਸੂਈ ਹੈ? ਇਹ ਦੂਜੇ ਸੂਏ ਸੂਈ ਹੈ, ਗਾਂ 5 ਮਹੀਨੇ ਗੱਭਣ ਹੈ ਜੀ। ਤੀਜੇ ਸੂਏ ਵਾਸਤੇ 5 ਮਹੀਨੇ ਨਹੀਂ ਗੱਭਣ? 5 ਮਹੀਨੇ ਗੱਭਣ ਹੈ, ਅਤੇ 8.5 ਕਿਲੋ 9 ਕਿਲੋ ਦੁੱਧ ਹੈਗਾ ਜੀ, ਸੱਜਣ ਦੁੱਧ ਤਾਂ 15-15 ਕਿਲੋ, ਇਹਨਾਂ ਦੀ ਗਰੰਟੀ ਹੈ ਗੱਲ ਦੀ। ਠੀਕ ਹੈ, ਅਤੇ ਇਹਦਾ ਰੇਟ ਕੀ ਰੱਖਦੇ? ਇਹਦਾ ਰੇਟ 54,000 ਰੁਪਇਆ ਜੀ। 54,000? ਠੀਕ ਹੈ, ਖੋਲੀ। ਸੋ ਦੱਸੋ ਇਸ ਟਾਈਮ 8 ਕਿਲੋ ਤੋਂ ਬਾਹਰ ਦੁੱਧ 5 ਮਹੀਨਿਆਂ ਦੀ ਗੱਭਣ 'ਚ ਇੱਕ ਪਾਸ ਥੱਲੇ, ਅਤੇ ਸਾਰੇ ਜਾਣਦੇ ਹਾਂ ਜੋ ਅੱਧ ਗੱਭ ਮੱਝ ਹੋ ਜਾਏ ਤਾਂ ਉਹਦਾ ਦੁੱਗਣਾ ਦੁੱਧ ਦਾ ਅੰਦਾਜ਼ਾ ਆਪਾਂ ਲਾਇਆ ਜਾ ਸਕਦਾ ਹੁੰਦਾ ਵੀ, ਜੇ 8 ਕਿਲੋ ਹੁਣ ਦਿੰਦੀ ਹੈ ਤਾਂ 16 ਕਿਲੋ ਦੁੱਧ ਮਾਮੂਲੀ ਗੱਲ ਹੈ। ਕੱਟਾ ਇਹਦੇ ਨਾਲ ਪਰਲੇ ਪਾਸੇ ਖੜਾ, ਚੈੱਕ ਪਾਸ ਇੱਥੇ ਹੀ ਕਰਵਾ ਲਓ ਜਿਹਨੇ ਖਰੀਦਣੀ ਹੈ, ਅਤੇ ਨਾਲ ਬੇਨਤੀ ਹੈ ਵੀ ਦੁੱਧ ਵੀ ਜਿਹੜਾ ਉਹ ਦੋ ਟਾਈਮ ਤੁਸੀਂ ਚੋ ਸਕਦੇ ਹੋ। ਹਵਾਨੇ ਦੀ ਧੱਕ ਜਿਹੜੀ ਉਹ ਅਗਲੇ ਪਾਸੇ ਨੂੰ ਲੱਗਦੀ ਹੈ, ਮੀਡੀਅਮ ਹਾਈਟ ਦੀ ਮੱਝ, ਤੀਜੇ ਸੂਏ ਵਾਸਤੇ ਗੱਭਣ ਚੈੱਕ ਪਾਸ ਹੈ। 8 ਕਿਲੋ ਤੋਂ ਬਾਹਰ ਦੁੱਧ ਇਸ ਟਾਈਮ ਇਹਦੇ ਥੱਲੇ ਹਾਜ਼ਰ ਹੈ, ਦੁੱਧ ਤੁਸੀਂ ਚੋ ਕੇ ਦੇਖ ਲਓ। ਹਵਾਨਾ ਥੋੜ੍ਹਾ ਅਗਲੇ ਪਾਸੇ ਨੂੰ ਵੱਧ ਦਿਖਾਉਂਦੀ ਹੈ, ਮੀਡੀਅਮ ਹਾਈਟ 'ਚ ਹੈ, 54,000 ਰੇਟ ਹੈ, ਚੰਗੀ ਤੋਕੜ ਗੱਭਣ ਮੱਝ, ਦੁੱਧ ਵੀ ਜੇ ਦੇਖੀਏ ਤਾਂ ਚੰਗਾ ਦਿਸਦਾ ਇਹਦੇ ਥੱਲੇ। ਸੋ ਜਿਹਨੂੰ ਪਸੰਦ ਆਵੇ ਤਾਂ ਦੱਸੋ ਤੁਸੀਂ ਕਾਲ ਬਾਈ ਨੂੰ ਕਰ ਸਕਦੇ ਹੋ। ਇਹਦੇ ਨਾਲ ਬੱਚਾ ਕੱਟਾ,
ਤੇ ਦੂਜੀ ਝੋਟੀ ਨਾਲ ਬੱਚਾ ਕੱਟੀ ਜਿਹੜੀ ਇਧਰਲੇ ਪਾਸੇ ਕੱਟੀ ਖੜੀ ਉਹ ਆ ਤੇ ਇਹਦਾ ਥਣ ਤੇ ਹਵਾਨਾ ਫੇਰ ਤੁਸੀਂ ਇੱਥੋਂ ਦੇਖ ਸਕਦੇ ਇਦਾਂ ਦਾ ਰੋਕੇ ਦੇ ਹਵਾਨੇ ਦਾ ਚੰਗਾ ਦੁੱਧ ਇਸ ਮੱਝ ਨੇ ਸੱਜਰ ਨੇ ਦਿੱਤਾ ਇਹ ਤੋਂ ਬਿਨਾਂ ਦੱਸੋ ਤੋਕੜ ਝੋਟੀ ਤੇ ਇੱਕ ਤੋਕੜ ਗੱਬਣ ਗਾਂ ਜਿਹੜੀ ਵੀਰ ਕੋਲ ਵਿਕਰੀ ਵਾਲੀ ਹੈ ਸੋ ਆ ਕੇ ਦੇਖ ਕੇ ਆਪਦੀ ਤਸੱਲੀ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਧੰਨਵਾਦ।